ਅਸੀਂ ਸਜਦਾ ਕਰਦੇ ਹਾਂ, ਅਸੀਂ ਸਜਦਾ ਕਰਦੇ ਹਾਂ, ਸਿਰ ਕਦਮਾਂ 'ਚ ਤਰਦੇ ਹਾਂ, ਸਿਰ ਕਦਮਾਂ 'ਚ ਤਰਦੇ ਹਾਂ। ਜਦੋਂ ਵੀ ਪੰਜਾਬੀ ਸੰਗੀਤ ਦਾ ਜ਼ਿਕਰ ਹੁੰਦਾ ਹੈ, ਇੱਕ ਐਸੀ ਗਾਇਕਾ, ਇੱਕ ਐਸੀ ਗੁਲੂਕਾਰਾ, ਇੱਕ ਐਸੀ ਫਨਕਾਰਾ ਜਿਹੜੀ ਸਾਡੇ ਸਭ ਲਈ, ਪੰਜਾਬੀਆਂ ਲਈ ਬਹੁਤ ਹੀ ਕਾਬਲੇ ਇਹਤਰਾਮ ਹੈ। ਬੇਦਾਗ, ਪਾਕ ਸਾਫ ਆਵਾਜ਼, ਜਿਨ੍ਹਾਂ ਨੇ ਹਰ ਸਿਨਫ ਨੂੰ ਸਾਧਿਆ ਅਤੇ ਬਾਖੂਬੀ ਨਿਭਾਇਆ, ਚਾਹੇ ਉਹ ਲੋਕ ਗੀਤ ਹੋਵੇ, ਚਾਹੇ ਗੀਤ ਹੋਵੇ, ਚਾਹੇ ਸੂਫਿਆਨਾ ਕਲਾਮ ਹੋਵੇ, ਫਿਲਮੀ ਗੀਤ ਹੋਵੇ, ਵਰਸੇਟਾਈਲ ਆਰਟਿਸਟ ਜਿਨ੍ਹਾਂ ਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਹੈ, ਮੈਂ ਤਾਂ ਉਹਨਾਂ ਨੂੰ ਕਹਾਂਗਾ ਕਿ ਉਹ ਪੰਜਾਬੀ ਗੀਤਾਂ ਦੀ ਮਾਂ ਹੈ। ਜੀ ਹਾਂ, ਤੁਸੀਂ ਸਮਝ ਹੀ ਗਏ ਹੋਵੋਗੇ, ਮੇਰੀ ਮੁਰਾਦ ਹੈ ਬੀਬੀ ਸੁਰਿੰਦਰ ਕੌਰ ਜੀ ਕੋਲੋਂ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਉਹਨਾਂ ਸਮਿਆਂ ਵਿੱਚ ਹੀ ਸਾਹ ਲੈ ਰਹੇ ਹਾਂ ਜਿਨ੍ਹਾਂ ਸਮਿਆਂ ਵਿੱਚ ਬੀਬੀ ਸੁਰਿੰਦਰ ਕੌਰ ਜੀ ਸਾਡੇ ਸਮਕਾਲੀ ਨੇ। ਔਰ ਅੱਜ ਦਾ ਸਜਦਾ ਬੀਬੀ ਸੁਰਿੰਦਰ ਕੌਰ ਜੀ ਨੂੰ। ਪੰਜਾਬੀ ਗਾਇਕੀ ਨਾਲ ਸੁਰਿੰਦਰ ਕੌਰ ਦਾ ਉਹੀ ਰਿਸ਼ਤਾ ਹੈ ਜੋ ਸਾਹਾਂ ਦਾ ਧੜਕਣ ਨਾਲ, ਪੌਣਾਂ ਦਾ ਪੱਤਿਆਂ ਨਾਲ ਅਤੇ ਚਿਰਾਗਾਂ ਦਾ ਰੌਸ਼ਨੀ ਨਾਲ। ਬਚਪਨ ਉਸਦਾ ਪੰਜਾਬ ਦੇ ਖੁਸ਼ਹਾਲ ਸ਼ਹਿਰ ਲਾਹੌਰ 'ਚ ਲੰਘਿਆ। ਸਿੱਖ ਪਰਿਵਾਰ ਵਿੱਚ ਜੰਮੀ ਪਲੀ ਹੋਣ ਕਰਕੇ ਸੁਰਿੰਦਰ ਦੀ ਮੁੱਢਲੀ ਪਰਵਰਿਸ਼ ਵੀ ਬੜੇ ਚਾਵਾਂ ਅਤੇ ਲਾਡਾਂ ਨਾਲ ਹੋਈ। ਗੁੱਡੀਆਂ ਪਟੋਲਿਆਂ ਦੀ ਉਮਰ 'ਚ ਹੀ ਉਸਦੇ ਹੱਥਾਂ ਨੂੰ ਘੁੰਗਰੂ ਮਣਕਿਆਂ ਦੀ ਛੋਹ ਚੰਗੀ ਲੱਗਦੀ। ਛੋਟੇ ਹੁੰਦਿਆਂ ਤੋਂ ਹੀ ਰਵਾਇਤੀ ਪੰਜਾਬੀ ਗਾਇਕੀ ਅਤੇ ਲੋਕ ਸੰਗੀਤ ਦੀਆਂ ਧੁਨਾਂ ਨੇ ਉਸਦੇ ਵਜੂਦ ਅੰਦਰ ਇੱਕ ਅਮੀਰ ਹੁਨਰ ਭਰ ਦਿੱਤਾ। ਵੱਡੇ ਭਰਾ ਦੀ ਹਲਾਸ਼ੇਰੀ ਨੇ ਉਸ ਨੂੰ ਉਸਤਾਦ ਇਨਾਇਤ ਹੁਸੈਨ ਸਾਹਿਬ ਦੀ ਸ਼ਾਗਿਰਦੀ ਲਈ ਪ੍ਰੇਰਿਆ। ਸੰਨ 1943 ਵਿੱਚ ਉਸਨੇ ਬੱਚਿਆਂ ਦੇ ਇੱਕ ਪ੍ਰੋਗਰਾਮ ਲਈ ਰੇਡੀਓ 'ਤੇ ਆਡੀਸ਼ਨ ਦਿੱਤੀ ਅਤੇ ਚੁਣੀ ਗਈ। ਇਸ ਤਰ੍ਹਾਂ ਉਹ ਛੋਟੀ ਉਮਰ ਵਿੱਚ ਹੀ ਵੱਡੀ ਗਾਇਕਾ ਬਣਨ ਦੇ ਰਾਹ 'ਤੇ ਤੁਰ ਪਈ ਸੀ। ਨੀਕ ਮੇਰੀ ਅੱਖ ਕਾਸ਼ਮੀ, ਨੀਕ ਮੇਰੀ ਅੱਖ ਕਾਸ਼ਮੀ, ਦੂਜਾ ਰਾਤ ਦੇ ਨੀਂਦਰੇ ਨੇ ਮਾਰਿਆ, ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ, ਨੀਕ ਮੇਰੀ ਅੱਖ ਕਾਸ਼ਮੀ। ਸਾਡੀ ਫੈਮਿਲੀ ਦੇ ਵਿੱਚ ਗਾਣਾ ਵਜਾਉਣਾ ਤਾਂ ਕਤਾ ਹੀ ਮਾੜਾ ਸੀ। ਫੈਮਿਲੀ ਦੇ ਵਿੱਚ ਕੁੜੀਆਂ ਨਹੀਂ ਸਨ ਚੰਗੀ ਫੈਮਿਲੀ ਦੀਆਂ ਗਾਉਂਦੀਆਂ, ਪਰ ਮੈਨੂੰ ਸ਼ੌਕ ਸੀ ਬੜਾ,
ਕਿ ਮੈਂ ਕਹਾਂ ਮੈਨੂੰ ਚੱਲਿਆ ਵਾਖਣ ਗਾਣਾ ਵਜਾਉਣਾ ਦਾ ਕਿ ਰੇਡੀਓ ਲੱਗਣਾ ਉਹਦੇ ਨਾਲ ਬੈਠੇ ਰਹਿਣਾ, ਪਰ ਮੇਰੇ ਭਰਾਵਾਂ ਦੀ ਇਨਕਰੇਜਮੈਂਟ ਕਰਕੇ ਮੈਂ ਇਹ ਗਾਣਾ ਸ਼ੁਰੂ ਕੀਤਾ, ਜਿੰਨਾ ਵੀ ਗਾਇਆ ਥੋੜ੍ਹਾ ਬਹੁਤਾ ਇੱਜ਼ਤ ਨਾਲ ਗਾਇਆ। ਸੁਰਿੰਦਰ ਕੌਰ ਦੀ ਵੱਡੀ ਭੈਣ ਪ੍ਰਕਾਸ਼ ਕੌਰ ਵੀ ਪੰਜਾਬੀ ਗਾਇਕੀ ਦਾ ਉਹ ਮੀਲ ਪੱਥਰ ਰਹੀ ਹੈ ਜਿਸ ਨੂੰ ਕੋਈ ਵੀ ਪਾਰ ਨਹੀਂ ਸੀ ਕਰ ਸਕਿਆ। ਦੋਵਾਂ ਨੇ ਜਿੰਨੇ ਵੀ ਗੀਤ ਇਕੱਠਿਆਂ ਗਾਏ ਲੋਕਾਂ ਨੇ ਪ੍ਰਵਾਨ ਕੀਤੇ। ਸੰਨ 1946 ਵਿੱਚ ਉਹਨਾਂ ਰਲ ਕੇ ਇੱਕ ਰਿਕਾਰਡ ਕੱਢਿਆ ਜੋ ਬੇਹੱਦ ਮਕਬੂਲ ਹੋਇਆ। ਉਸ ਵਿੱਚੋਂ ਹੀ ਇੱਕ ਗੀਤ ਨੇ ਤਾਂ ਪੰਜਾਬੀ ਗਾਇਕੀ ਦੀ ਪਰੰਪਰਾ ਅੰਦਰ ਇੱਕ ਨਵਾਂ ਇਤਿਹਾਸ ਰਚ ਦਿੱਤਾ। ਜੀ ਹਾਂ, ਉਹ ਗੀਤ ਸੀ ਮਾਵਾਂ ਤੇ ਧੀਆਂ। ਪਹਿਲਾ ਗਾਣਾ ਸੀ ਸਾਡਾ ਮਾਵਾਂ ਦਿੱਤੀਆਂ ਦੀ ਦੋਸਤੀ। ਉਸੇ ਜ਼ਮਾਨੇ ਸੜਕੇ ਸੜਕੇ ਜਾਂਦੀ ਹੈ ਮੁਟਿਆਰੇ, ਕਾਲਾ ਡੋਰੀਆ, ਬਾਕੀ ਅਸੀਂ ਲੋਕ ਗੀਤ ਦੋਵਾਂ ਭੈਣਾਂ ਨੇ ਬਹੁਤ ਗਾਏ ਨੇ ਕਿ ਸਾਡਾ ਜੁੱਟ ਜਿਹਾ ਬਣ ਗਿਆ ਸੀ। ਮੇਰੀ ਵੱਡੀ ਭੈਣ ਸੀ, ਮੇਰੀ ਭੈਣ ਵੀ ਸੀ, ਮਾਂ ਵੀ ਸੀ, ਮੇਰੀ ਸਹੇਲੀ ਵੀ। ਸੰਗੀਤ ਦੇ ਸਫ਼ਰ 'ਚ ਸੁਰਿੰਦਰ ਕੌਰ ਨੇ ਸੈਂਕੜੋਂ ਗੀਤ ਗਾਏ। ਪਰਿਵਾਰ, ਸਮਾਜ ਤੇ ਸੱਭਿਆਚਾਰ ਨਾਲ ਜੁੜੇ ਲੋਕ ਤੱਥਾਂ ਨੂੰ ਉਸ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਪੰਜਾਬੀਅਤ ਦੀ ਫਿਜ਼ਾ ਅੰਦਰ ਮਿਸ਼ਰੀ ਵਾਂਗ ਘੋਲ ਦਿੱਤਾ। ਇਸ ਲਈ ਗਾਇਕੀ ਸੁਰਿੰਦਰ ਕੌਰ ਲਈ ਕਾਬਾ ਵੀ ਹੈ ਤੇ ਤਖ਼ਤ ਹਜ਼ਾਰਾ ਵੀ। ਸੰਨ 1954 ਵਿੱਚ ਸੁਰਿੰਦਰ ਕੌਰ ਭਾਰਤ ਸਰਕਾਰ ਦੇ ਵਫਦ ਰਾਹੀਂ ਰੂਸ ਗਈ, ਜਿੱਥੇ ਉਸ ਦੀ ਮੁਲਾਕਾਤ ਸਰਦਾਰ ਆਸਾ ਸਿੰਘ ਮਸਤਾਨਾ ਨਾਲ ਹੋਈ। ਉਸ ਨੇ ਸੁਰਿੰਦਰ ਕੌਰ ਨੂੰ ਇਕੱਠੀਆਂ ਗਾਉਣ ਦੀ ਪੇਸ਼ਕਸ਼ ਕੀਤੀ। ਗਾਣੇ ਤਾਂ ਭਾਵੇਂ ਇਹਨਾਂ ਨੇ ਘੱਟ ਰਿਕਾਰਡ ਕਰਵਾਏ, ਪਰ ਸਟੇਜਾਂ 'ਤੇ ਗਾਏ ਦੋ ਗਾਣਿਆਂ ਦੀ ਬੇਹੱਦ ਤਾਰੀਫ ਹੋਈ। ਹੌਲੀ ਹੌਲੀ ਸਟੇਜ ਪੇਸ਼ਕਾਰੀ ਅਤੇ ਦੋ ਗਾਣਾ ਗਾਇਕੀ ਅੰਦਰ ਇਸ ਜੋੜੀ ਨੇ ਨਵੀਆਂ ਰਵਾਇਤਾਂ ਕਾਇਮ ਕੀਤੀਆਂ। ਸੰਗੀਤ
ਸ਼ੌਹਰਤ ਦਾ ਮੁਜੱਸਮਾ ਨਹੀਂ ਹੁੰਦਾ, ਨਾ ਹੀ ਖਰੀਦੋ ਫਰੋਖਤ ਦੀ ਵਸਤੂ। ਕਲਾਕਾਰ ਲਈ ਇਹ ਰੂਹ ਦੀ ਖੁਰਾਕ ਹੈ ਤੇ ਜਨਮਾਂ ਜਨਮਾਂ ਦੀ ਤਪੱਸਿਆ। ਇਹ ਸਾਧਨਾ ਹੀ ਇੱਕ ਸਿਰਜਣਹਾਰ ਨੂੰ ਆਮ ਆਦਮੀ ਤੋਂ ਵੱਖਰੀ ਪਛਾਣ ਦਿੰਦੀ ਹੈ। ਸੁਰਿੰਦਰ ਕੌਰ ਆਖਦੀ ਹੈ ਕਿ ਜੇਕਰ ਉਸਦੀ ਜ਼ਿੰਦਗੀ ਵਿੱਚ ਸੰਗੀਤ ਨਾ ਹੁੰਦਾ ਤਾਂ ਉਸਨੇ ਵੀ ਇੱਕ ਘਰੇਲੂ ਇਸਤਰੀ ਤੋਂ ਜ਼ਿਆਦਾ ਕੁਝ ਨਹੀਂ ਸੀ ਹੋਣਾ। ਸੰਗੀਤ ਨਾ ਹੁੰਦਾ ਮੇਰੇ ਨਾਲ ਕੋਲ ਤਾਂ ਕੁਝ ਵੀ ਨਾ ਹੁੰਦਾ ਮੇਰਾ। ਪਤਾ ਨਹੀਂ ਮੈਂ ਵੀ ਘਰ ਦੇ ਕੰਮ ਹੀ ਕਰਦੀ ਹੁੰਦੀ, ਬੱਚੇ ਸਾਂਭਦੀ ਹੁੰਦੀ ਜਾਂ ਉਹਨਾਂ ਦੇ ਬੱਚਿਆਂ ਦੇ ਬੱਚੇ ਸਾਂਭਦੀ ਹੁੰਦੀ। ਸੁਰਿੰਦਰ ਕੌਰ ਨੇ ਗਾਇਕੀ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ। ਉਸ ਦੀ ਵੱਡੀ ਧੀ ਡੋਲੀ ਗੁਲੇਰੀਆ, ਜੋ ਪੰਜਾਬੀ ਪੌਪ ਦੀ ਇੱਕ ਸਥਾਪਿਤ ਗਾਇਕਾ ਹੈ, ਅੱਜ ਵੀ ਜਦੋਂ ਮਾਵਾਂ ਧੀਆਂ ਨੂੰ ਰੋਜ਼ਾਨਾ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਫੁਰਸਤ ਮਿਲਦੀ ਹੈ ਤਾਂ ਸੁੱਖ ਦੁੱਖ ਦੇ ਪਲਾਂ ਨੂੰ ਸਾਂਝਾ ਕਰਦੀਆਂ ਹਨ ਅਤੇ ਇਕੱਠਿਆਂ ਰਲ ਕੇ ਗਾਉਂਦੀਆਂ ਹਨ। ਸੂਏ ਵਿੱਚ ਚੀਰੇ ਵਾਲਿਆ ਮੈਂ ਕਹਿੰਦੀਆਂ, ਕਰ ਛਤਰੀ ਦੀ ਛਾਂ ਛਾਵੇਂ ਬਹਿਨੀਆਂ, ਕਰ ਛਤਰੀ ਦੀ ਛਾਂ ਛਾਵੇਂ ਬਹਿਨੀਆਂ। ਡੋਲੀ ਦੀ ਨਜ਼ਰ ਵਿੱਚ ਮਾਂ ਦੀ ਪਛਾਣ ਬੇਹੱਦ ਸਤਿਕਾਰ ਵਾਲੀ ਹੈ। ਸੁਰਿੰਦਰ ਕੌਰ ਦੀ ਧੀ ਹੋਣਾ ਉਸ ਲਈ ਮਾਣ ਤੇ ਫਖਰ ਵਾਲੀ ਗੱਲ ਹੈ। ਮਾਮਾ ਦੇ ਨਾਲ ਮੇਰਾ ਸੰਬੰਧ ਬਚਪਨ ਤੋਂ ਇੱਕ ਮਾਂ ਅਤੇ ਬੇਟੀ ਦਾ ਹੀ ਹੁੰਦਾ ਸੀ। ਮੈਨੂੰ ਨਹੀਂ ਸੀ ਪਤਾ ਕਿ ਮੇਰੀ ਮਾਂ ਇੰਨੀ ਮਸ਼ਹੂਰ ਔਰਤ ਹੈ। ਜਦੋਂ ਤੱਕ ਮੇਰਾ ਵਿਆਹ ਨਹੀਂ ਹੋਇਆ ਮੈਂ ਮਾਂ ਨੂੰ ਮਾਂ ਕਰਕੇ ਹੀ ਜਾਣਿਆ। ਬਹੁਤ ਪਿਆਰ ਮੈਨੂੰ ਮਿਲਿਆ ਆਪਣੀ ਮਾਂ ਕੋਲੋਂ। ਮੇਰੀ ਮਾਂ ਮੇਰੀ ਸਹੇਲੀ ਵੀ ਸੀ, ਮੇਰੀ ਬਹੁਤ ਪਿਆਰੀ ਦੋਸਤ। ਪਰ ਜਦੋਂ ਮੇਰਾ ਵਿਆਹ ਹੋ ਗਿਆ ਆਈ ਰੀਅਲਾਈਜ਼ ਕਿ ਸ਼ੀ ਇਜ਼ ਅ ਵੈਰੀ ਵੈਰੀ ਫੇਮਸ ਪਰਸਨ। ਔਰ ਫਿਰ ਜਦੋਂ ਮੈਂ ਪ੍ਰੋਫੈਸ਼ਨ ਦੇ ਵਿੱਚ ਆਈ ਦੈਨ ਆਈ ਰੀਅਲਾਈਜ਼ਡ ਕਿ ਐਕਚੁਅਲੀ ਲੋਕ ਇਹਦੀ ਕਿੰਨੀ ਇੱਜ਼ਤ ਕਰਦੇ ਨੇ ਅਤੇ ਇਹ ਮਾਂ ਕੋਈ ਆਰਡੀਨਰੀ ਮਾਂ ਨਹੀਂ ਹੈ। ਔਰ ਫਿਰ ਮੈਂ ਮਾਮਾ ਦੇ ਨਾਲ ਪਰਫੋਰਮ ਕਰਨਾ ਸ਼ੁਰੂ ਕੀਤਾ, ਫਿਰ ਮੈਂ ਆਪ ਇੰਡੀਵਿਜੁਅਲੀ ਪਰਫੋਰਮ ਕਰਨਾ ਸ਼ੁਰੂ ਕੀਤਾ, ਫਿਰ ਮੈਂ ਆਪਣੀ ਬੇਟੀ ਦੇ ਨਾਲ ਮਾਮਾ ਦੇ ਗੀਤ ਦੁਨੀਆ ਦੇ ਵਿੱਚ ਲੈ ਕੇ ਗਈ, ਮਾਮਾ ਦੇ ਨਾਲ ਵੀ ਗਾਏ। ਔਰ ਉੱਥੇ ਜਾ ਕੇ ਅਸੀਂ ਲੋਕਾਂ ਦੇ ਵਿੱਚ ਦੇਖਿਆ ਕਿ ਲੋਕ ਮਾਮਾ ਦੀ ਕਿੰਨੀ ਇੱਜ਼ਤ ਕਰਦੇ ਨੇ। ਐਂਡ ਆਈ ਐਮ ਅ ਵੈਰੀ ਪ੍ਰਾਊਡ ਡੋਟਰ ਟੂ ਬੀ ਹਰ ਡੋਟਰ। ਮੈਂ ਸਮਝਦੀ ਹਾਂ, ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਹੋ ਜਿਹੀ ਮਾਂ ਮਿਲੀ। ਜੰਮੀਆਂ ਕਿੰਨਾ ਨੇ ਲੈ ਜਾਣੀਆਂ, ਓ ਹਾਇਓ ਮੇਰੇ ਡਾਡਿਆ ਰੱਬਾ, ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ। ਹੋਏ ਕਬੂਤਰ ਬੋਲੇ, ਓ ਬਾਬਲ ਤੇਰੇ ਮਹਿਲਾਂ ਵਿੱਚੋਂ ਸੱਤ ਰੰਗੀਆ ਕਬੂਤਰ ਬੋਲੇ। ਸੁਰਿੰਦਰ ਕੌਰ ਨੇ ਬਹੁਤ ਸਾਰੇ ਮੁਲਕਾਂ ਵਿੱਚ ਪ੍ਰੋਗਰਾਮ ਕੀਤੇ। ਉਹ ਜਿੱਥੇ ਵੀ ਗਈ ਲੋਕਾਂ ਨੇ ਉਸ ਨੂੰ ਅੱਖਾਂ 'ਤੇ ਚੁੱਕ ਲਿਆ। ਉਸ ਦੀ ਗਾਇਕੀ ਦਾ ਕੱਦ ਇੰਨਾ ਉੱਚਾ ਹੈ ਕਿ ਹਰ ਸਨਮਾਨ ਉਹਦੇ ਸਾਹਮਣੇ ਛੋਟਾ ਲੱਗਦਾ ਹੈ। ਕਦੇ ਉਸ ਨੂੰ ਪੰਜਾਬ ਦੀ ਕੋਇਲ ਕਿਹਾ ਗਿਆ ਅਤੇ ਕਦੇ ਪੰਜਾਬ ਦੀ ਆਵਾਜ਼। ਪੰਜਾਬੀ ਸੰਗੀਤ ਨਾਟਕ ਅਕਾਦਮੀ ਨੇ ਉਸ ਨੂੰ ਸਦੀ ਦੀ ਕਲਾਕਾਰ ਦੇ ਤੌਰ 'ਤੇ ਸਨਮਾਨਿਤ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਲਿਵਿੰਗ ਲੈਜੈਂਡ ਆਫ ਪੰਜਾਬ ਕਿਹਾ ਅਤੇ ਡਾਕਟਰੇਟ ਦੀ ਡਿਗਰੀ ਦਿੱਤੀ।
ਤੇ ਹੋਰ ਪਤਾ ਨਹੀਂ ਕਿੰਨੇ ਹੀ ਨਿੱਕੇ ਵੱਡੇ ਸਨਮਾਨ ਉਸ ਨੂੰ ਤਾਂ ਉਮਰ ਮਿਲਦੇ ਰਹੇ। ਵਾਸ ਤਾਈ ਮੇਰਾ ਮੇਰੇ ਦਿਲਾਂ ਦਿਆ ਮੈਂ ਰੁਮਾਂ, ਵਾਸ ਤਾਈ ਮੇਰਾ ਮੇਰੇ ਦਿਲਾਂ ਦਿਆ ਮੈਂ ਰੁਮਾਂ, ਖੁੱਲੀਆਂ ਕਨੇਰਾ ਕਰ ਆ ਲੱਗੀ ਤੇਰੀ ਦੀਦ ਦੀਵੇ ਮੇਰੇ ਦੀਦਿਆਂ ਇੱਕ ਘੁੱਟ ਜਾਣਨੀ ਪਿਆ। ਯਾਦਾਂ ਦੀ ਪਟਾਰੀ ਨੂੰ ਫਰੋਲਦਿਆਂ ਉਹਦੇ ਜ਼ਹਿਨ ਵਿੱਚ ਉਹ ਅਕਸ ਉਭਰਦੇ ਹਨ ਜੋ ਉਸਦੀ ਜ਼ਿੰਦਗੀ ਦੇ ਸੁਨਹਿਰੇ ਸਫ਼ਰ ਨਾਲ ਜੁੜੇ ਹੋਏ ਹਨ। ਇਹ ਉਹ ਵੇਲਾ ਸੀ ਜਦੋਂ ਗਾਇਕੀ ਨੂੰ ਅੱਜ ਵਰਗਾ ਸਤਿਕਾਰ ਨਹੀਂ ਸੀ ਮਿਲਦਾ। ਐਕਚੁਅਲੀ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਦੀ ਸਪੋਰਟ ਹੀ ਸੀ ਜਿਹਨੇ ਮੈਨੂੰ ਚੁੱਕਿਆ ਸੀ। ਮੈਂ ਉਹਨਾਂ ਦੇ ਨਾਲ ਹੀ ਸਾਰਾ ਮੇਰਾ ਗਾਣਾ ਵਜਾਉਣਾ ਐਕਚੁਅਲੀ ਮੈਂ ਸਮਝਦੀ ਹਾਂ ਉਹਨਾਂ ਦੀ ਸਪੋਰਟ ਕਰਕੇ ਗਿਆ ਸੀ। ਨਿੱਕੀ ਨਿੱਕੀ ਗੱਲ ਡਿਸਕਸ ਕਰਦੇ ਸਨ ਮੇਰੇ ਨਾਲ ਮਿਊਜ਼ਿਕ ਦੇ ਬਾਰੇ, ਮੇਰੇ ਗਾਣੇ ਮੇਰੇ ਸਾਰੇ ਚੁੰਮਦੇ ਸਨ ਉਹ। ਉਹਨਾਂ ਦੀ ਮੈਨੂੰ ਬਹੁਤ ਵੱਡੀ ਸਪੋਰਟ ਸੀ। ਉਹਨਾਂ ਦੇ ਜਾਣ ਤੋਂ ਬਾਅਦ ਤਾਂ ਮੈਨੂੰ ਐਂ ਲੱਗਦਾ ਜਿਵੇਂ ਹੈਂਡੀਕੈਪ ਹੋ ਗਈ ਹੈ। ਅਤੇ ਮੈਂ ਇੱਕ ਇੰਸੀਡੈਂਟ ਮੈਨੂੰ ਯਾਦ ਆ ਗਿਆ ਉਹਨਾਂ ਦੇ ਬਾਰੇ ਤੁਹਾਨੂੰ ਦੱਸਣਾ ਕਿ ਇੱਕ ਮੈਂ ਸ਼ਾਦੀ ਦੇ ਪ੍ਰੋਗਰਾਮ 'ਤੇ ਨਹੀਂ ਸਾ ਜਾਂਦੀ। ਕਿਸੇ ਨੇ ਮੈਨੂੰ ਬੁੱਕ ਕੀਤਾ ਪ੍ਰੋਗਰਾਮ 'ਤੇ ਸ਼ਾਦੀ ਦਾ ਸੀ, ਮੈਨੂੰ ਨਹੀਂ ਸੀ ਪਤਾ ਉਹ ਸ਼ਾਦੀ ਦਾ। ਮੈਂ ਅੱਗੇ ਗਈ ਅਤੇ ਉੱਥੇ ਸ਼ਾਦੀ 'ਤੇ ਮੈਂ ਆਖਿਆ ਮੈਂ ਤਾਂ ਨਹੀਂ ਗਾਵਾਂਗੀ। ਅਤੇ ਉਹ ਔਰਗਨਾਈਜ਼ਰ ਵਿਚਾਰਾ ਘਬਰਾ ਗਿਆ, ਕਹਿੰਦਾ ਹੁਣ ਤਾਂ ਮੇਰੀ ਇੱਜ਼ਤ ਦਾ ਸਵਾਲ ਹੈ, ਤੁਹਾਨੂੰ ਗਾਣਾ ਪਏਗਾ। ਮੈਂ ਗਾ ਅਤੇ ਉੱਥੇ ਗਾਣਾ ਅਤੇ ਫਿਰ ਗਾਉਣ ਲੱਗਿਆ ਅਤੇ ਬੰਦਾ ਉਸ ਵੇਲੇ ਜੋਸ਼ 'ਚ ਹੁੰਦਾ ਨਾ, ਨਾਲੇ ਜਵਾਨੀ ਦਾ ਜੋਸ਼ ਉਂਝ ਚੰਗਾ ਹੁੰਦਾ ਜ਼ਰਾ। ਜਿਸ ਵੇਲੇ ਗਾਈ ਮੈਂ, ਮੇਰੀ ਫੀਸ ਤੋਂ ਕਿ ਹਰੇ 8 ਗੁਣਾ 10 ਗੁਣਾ ਜ਼ਿਆਦਾ ਉੱਤੋਂ ਇਨਾਮ ਹੋ ਗਿਆ। ਮੈਂ ਤਾਂ ਘਬਰਾ ਗਈ, ਇੰਨੇ ਪੈਸੇ ਲੈ ਕੇ ਘਰ ਗਈ ਅਤੇ ਸ਼ਾਦੀ ਦਾ ਪ੍ਰੋਗਰਾਮ, ਇਹ ਤਾਂ ਘਰ ਪੌੜਾ ਪੈ ਜਾਣਾ। ਸਾਰਾ ਰਾਹ ਮੈਂ ਨੌਕਰ ਨੂੰ ਸਮਝਾਉਂਦੀ ਗਈ ਘਰ ਜਾ ਕੇ ਸਰਦਾਰ ਜੀ ਨੂੰ ਕੁਝ ਨਹੀਂ ਕਹਿਣਾ। ਉਹ ਬੇਈਮਾਨ ਉੱਤੇ ਗੱਡੀ ਉਹਨਾਂ ਦੀ ਖਲੋਤੀ ਭੱਜ ਕੇ ਗਿਆ, ਕਹਿੰਦਾ ਸਰਦਾਰ ਜੀ ਮੇਰੀ ਜੀ ਸ਼ਾਦੀ ਦਾ ਪ੍ਰੋਗਰਾਮ ਕਰਕੇ ਆਏ। ਆ ਕੇ ਬੜੇ ਗੁੱਸੇ 'ਚ, ਸ਼ਾਦੀ ਦਾ ਪ੍ਰੋਗਰਾਮ ਕਰਕੇ ਆਈ। ਮੈਂ ਕਰਕੇ ਤਾਂ ਮੈਂ ਸ਼ਾਦੀ ਦਾ ਹੀ ਆਈ ਹਾਂ, ਮੈਂ ਉਹਨਾਂ ਨਾਲ ਕੋਈ ਝੂਠ ਨਹੀਂ ਸੰਭੋਲਦੀ। ਉਹਨਾਂ ਨੂੰ ਐਕਚੁਅਲੀ ਲੱਗਦਾ ਸੀ ਕਿ ਸ਼ਾਦੀ ਦੇ ਵਿੱਚ ਥੋੜ੍ਹਾ ਜਿਹਾ ਹਰੇ ਕੰਮ ਕੋਈ ਗਲਤ ਹੁੰਦਾ ਹੈ, ਅਤੇ ਇਸ ਕਰਕੇ ਉਹ ਅਲਾਓ ਨਹੀਂ ਸਨ ਕਰਦੇ। ਇੱਕ ਸ਼ਾਦੀ ਸੀ ਅਤੇ ਉਹ ਉੱਥੇ ਵੀ ਇਨਵਾਈਟਿਡ ਸਨ ਅਤੇ ਮੇਰਾ ਉੱਥੇ ਪ੍ਰੋਗਰਾਮ ਸੀ। ਕਹਿੰਦੇ ਨੇ ਮੈਂ ਨਹੀਂ ਜਾਵਾਂਗਾ ਉਸ ਸ਼ਾਦੀ ਦੇ ਪ੍ਰੋਗਰਾਮ 'ਤੇ ਜਿੱਥੇ ਤੂੰ ਪ੍ਰੋਗਰਾਮ ਕਰੇ, ਅਤੇ ਮੈਂ ਉੱਥੇ ਆਡੀਅੰਸ 'ਚ ਮੈਂ ਨਹੀਂ ਜਾਵਾਂਗਾ। ਮੈਂ ਇੱਕ ਵਾਰ ਵੇਖ ਲਓ ਕਿ ਮੇਰਾ ਇਸ ਪ੍ਰੈਜੈਂਟੇਸ਼ਨ ਕਿਹੋ ਜਿਹੀ ਹੁੰਦੀ ਹੈ। ਮੈਂ ਤਾਂ ਸਿਰਫ ਪ੍ਰੋਫੈਸਰ ਮੋਹਨ ਸਿੰਘ, ਅਮਰਤਾ ਨੰਦ ਨੂਰਪੁਰੀ ਜਾਂ ਲੋਕ ਗੀਤ ਇਹੋ ਜਿਹੇ ਗਾਣੇ ਹੁੰਦੇ ਸੀ, ਮੇਰੇ ਸਭਤਾ ਤੋਂ ਬਾਹਰ ਕੋਈ ਚੀਜ਼ ਨਹੀਂ ਹੁੰਦੀ ਸੀ। ਉਸ ਵੇਲੇ ਫਿਰ ਵੇਖਿਆ ਇਹਨਾਂ ਨੇ, ਇਸ ਵੇਲੇ ਆਡੀਅੰਸ ਨੇ ਬੜਾ ਇੱਜ਼ਤ ਮਾਨ ਦਿੱਤਾ। ਫਿਰ ਕਹਿੰਦੇ ਅੱਛਾ ਜੇ ਤੇਰਾ ਦਿਲ ਕਰਦਾ ਤਾਂ ਗਾ ਲੈ। ਫਿਰ ਸੁਰਿੰਦਰ ਕੌਰ ਭਾਵੇਂ ਉਮਰ ਦੇ 75ਵੇਂ ਵਰੇ ਵਿੱਚ ਪ੍ਰਵੇਸ਼ ਕਰ ਗਈ ਹੈ, ਪਰ ਅੱਜ ਵੀ ਉਹ ਪੰਜਾਬੀ ਗਾਇਕੀ ਦੀ ਪ੍ਰੇਰਣਾ ਸਰੋਤ ਹੈ। ਪੰਜਾਬੀ ਕੌਮ ਨੇ ਲਗਭਗ ਅੱਧੀ ਸਦੀ ਤੱਕ ਉਸ ਨੂੰ ਦਿਲਾਂ 'ਤੇ ਬਿਠਾਇਆ ਅਤੇ ਚਮਕਦਾ ਸਿਤਾਰਾ ਬਣਾਇਆ। ਇੱਕ ਸੱਚੇ ਫਨਕਾਰ ਵਾਂਗ ਉਸਦੀ ਵੀ ਇੱਕੋ ਹੀ ਖੁਆਇਸ਼ ਹੈ ਕਿ ਉਸਦੇ ਆਖਰੀ ਸਾਹ ਪੰਜਾਬ ਦੀ ਮਿੱਟੀ ਅੰਦਰ ਸਮਾਉਣ ਅਤੇ ਅੰਤਮ ਵੇਲੇ ਉਸਦੀਆਂ ਅੱਖਾਂ ਪੰਜਾਬ ਦੇ ਵਿਹੜੇ 'ਚ ਹੀ ਬੰਦ ਹੋਣ। ਰੱਬ ਦੇ ਕੋਲ ਨਹੀਂ ਮੈਂ ਜਾਣਾ, ਰੱਬ ਦੇ ਕੋਲ ਨਹੀਂ ਮੈਂ ਜਾਣਾ ਨਹੀਂ ਮੈਂ ਜਾਣਾ, ਰੱਬ ਦੇ ਕੋਲ ਨਹੀਂ ਮੈਂ ਜਾਣਾ, ਰੱਬ ਦੇ। ਆਰਟਿਸਟ ਜਿੰਨੀ ਦੇਰ ਜਿਉਂਦਾ ਉਹਦੀ ਖਾਹਿਸ਼ ਹੁੰਦੀ ਕਿ ਮੈਂ ਗਾਉਂਦਾ ਹੀ ਗਾਵਾਂ। ਬਚਪਨ ਤੋਂ ਗਾਉਂਦੀ ਆਈ ਹਾਂ, ਮੈਨੂੰ ਅਜੇ ਵੀ ਹਵਸ ਹੁੰਦਾ। ਮੈਂ ਕਿਤੇ ਪ੍ਰੋਗਰਾਮ ਨਹੀਂ ਵੀ ਕਰਦੀ ਤਾਂ ਵੀ ਮੈਂ ਰੋਜ਼ ਵਾਜਾ ਲੈ ਕੇ ਬੈਠੀ ਹੁੰਦੀ ਹਾਂ, ਦੋ ਦੋ ਤਰ੍ਹਾਂ ਤਰ੍ਹਾਂ ਘੰਟੇ ਗਾਉਂਦੀ ਰਹਿੰਦੀ ਹਾਂ। ਅਤੇ ਜ਼ਿੰਦਗੀ ਦਾ ਇਹ ਮਕਸਦ ਤਾਂ ਕਦੀ ਪੂਰਾ ਨਹੀਂ ਹੁੰਦਾ। ਅਤੇ ਬਾਕੀ ਇਹ ਕਿ ਪੰਜਾਬ ਦੀ ਜੰਮੀ ਪਲੀ ਹਾਂ, ਪੰਜਾਬ ਵਿੱਚ ਪਲੀ ਹਾਂ, ਪੰਜਾਬ ਵਿੱਚ ਪੜ੍ਹੀ ਹਾਂ, ਪੰਜਾਬ ਵਿੱਚ ਅਖੀਰੀ ਜਿਹੜੀ ਮੇਰੀ ਖਾਹਿਸ਼ ਸੀ ਕਿ ਮੈਂ ਮਰਨਾ ਪੰਜਾਬ ਵਿੱਚ ਆ ਕੇ, ਹੁਣ ਇਸ ਕਰਕੇ ਮੈਂ ਪੰਜਾਬ ਵਿੱਚ ਆ ਗਈ ਹਾਂ ਤੁਹਾਡੇ ਕੋਲ। ਪੂ
ਪੂਰੀ ਦੁਨੀਆ 'ਚ ਵੱਸਦੇ ਸਮੂਹ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਹ ਮਹਾਨ ਗਾਇਕਾ ਸ਼ਾਲਾ ਲੰਬੀ ਉਮਰ ਹੰਡਾਵੇ ਅਤੇ ਅਸੀਂ ਜੋ ਕਾਹਲੀ 'ਚ ਆਪਣੇ ਆਪ ਨੂੰ ਗਾਇਕ ਸਮਝਣ ਲੱਗ ਪਏ ਹਾਂ। ਸਾਨੂੰ ਚਾਹੀਦਾ ਹੈ ਬੀਬੀ ਸੁਰਿੰਦਰ ਕੌਰ ਜੀ ਦੀ ਬਹੁਤ ਹੀ ਸੁਰੀਲੀ ਆਵਾਜ਼ ਦੀ ਰੌਸ਼ਨੀ 'ਚ ਆਪਣਾ ਸਫ਼ਰੇ ਮੌਸੀਕੀ ਤੈਅ ਕਰੀਏ। ਇੱਕ ਵਾਰੀ ਫਿਰ ਸਾਡਾ ਸਭ ਦਾ ਇਸ ਮਹਾਨ ਗਾਇਕਾ ਨੂੰ ਸਜਦਾ ਦਰ ਸਜਦਾ।